ਜਿੰਦਰ ਤੇ ਖਾਲਿਦ ਫਰਹਾਦ ਧਾਰੀਵਾਲ ਦੁਆਰਾ ਸੰਪਾਦਿਤ ਪੁਸਤਕ ਹੈ ਬੰਦੀ ਖਾਨੀਆਂ ਅਫਸਲੇ ਸੰਰੰਦਾਵਾਦੀਆਂ ਕਹਾਣੀਆਂ ਪਹਿਲੀ ਕਹਾਣੀ ਹੈ ਖੁਰਾ ਅੱਜ ਦੇ ਰੱਕੜ 'ਚ ਬੈਠੇ ਤਿੰਨ ਆਦਮੀਆਂ ਦੇ ਸਿਰ ਉੱਤੇ ਖਲੋਤੇ 14ਵੀਂ ਰਾਤ ਦੇ ਚੰਨ ਦੀ ਚਾਨਣੀ ਨੇ ਦਿਨ ਚੜ੍ਹਿਆ ਹੋਇਆ ਸੀ ਦੂਰ ਦੂਰ ਤੀਖ ਹਰਸ਼ਾ ਸਾਫ ਨਜ਼ਰੀ ਪੀ ਆਉਂਦੀ ਸੀ ਲੈਂਦੇ ਤੋਂ ਆਉਣ ਵਾਲਾ ਚੜਦੇ ਵੱਲ ਮੂੰਹ ਕਰਕੇ ਬੈਠਾ ਹੋਇਆ ਸੀ ਤੇ ਚੜਦੇ ਤੋਂ ਆਉਣ ਵਾਲੇ ਦਾ ਮੂੰਹ ਲੈਂਦੇ ਵੱਲ ਸੀ ਵਿਚਕਾਰ ਅੱਜਵਾਲਾ ਬੈਠਾ ਹੋਇਆ ਕਦੇ ਲੈਂਦੇ ਵੱਲ ਤੇ ਕਦੇ ਚੜਦੇ ਵੱਲ ਪਿਆ ਵੇਖਦਾ ਲੈਂਦੇ ਚੜਦੇ ਵੱਲੋਂ ਦੋ ਰਾਹ ਉਸ ਰੱਕੜ ਝਾ ਕੇ ਮੁੱਕਦੇ ਜਾਂ ਖੌਰੇ ਉਦੋਂ ਮੇਰਾ ਉਸ ਰੱਕੜ ਤੋਂ ਨਿਕਲਦੇ ਪਤਾ ਨਹੀਂ ਕਿੱਥੋਂ ਤੀਕ ਦੂਰ ਚਲੇ ਜਾਂਦੇ ਲੈਂਦੇ ਚੜਦੇ ਵਾਲਾ ਆਪਣੇ ਆਪਣੇ ਰਾਹੇ ਆਉਂਦਾ ਪਰ ਅੱਜਵਾਲਾ ਕਿਤੋਂ ਵਿਚੋਂ ਹੀ ਨਿਕਲ ਆਉਂਦਾ ਆਖੇ ਉਹਨਾਂ ਦੇ ਵਿਚਕਾਰ ਬਹਿ ਜਾਂਦਾ ਉਹ ਤਿੰਨੇ ਹੀ ਬੰਦੇ ਹਰ ਚੰਨ ਦੀ 14ਵੀਂ ਵਾਲੀ ਰਾਤ ਇਕੱਠੇ ਹੁੰਦੇ ਘੜੀਪਲ ਬਹਿ ਕੇ ਆਪਣੇ ਆਪਣੇ ਢਿੱਡ ਫੋਲਦੇ ਦਿਨ ਦੀ ਲੋ ਲੱਗਣ ਤੋਂ ਪਹਿਲਾਂ ਆਪਣੇ ਆਪਣੇ ਰਾਹ ਫੜਦੇ ਤੇ ਗਾਹ ਹੁੰਦੇ ਉਹ ਗੱਲਾਂ ਕੀ ਕਰਦੇ ਕੁਝ ਵੀ ਨਾ ਸਭ ਕੁਝ ਹੀ ਉਹ ਕਿਸੇ ਗੱਲ ਦਾ ਸਿਰਾ ਫੜ ਲੈਂਦੇ ਸਾਰੇ ਉਸ ਤੰਦ ਤੇ ਟੁੱਰੇ ਰਹਿੰਦੇ ਪਰ ਹਰ ਕੋਈ ਆਪੋ ਆਪਣੇ ਢੰਗ ਨਾਲ ਤੁਰਦਾ ਆਪੋ ਆਪਣੀ ਗੱਲ ਕਰਦਾ ਉਹਨਾਂ ਦੀ ਗੱਲ ਇੱਕ ਦੂਜੀ ਗੱਲ ਨਾਲ ਇੰਜ ਜੁੜੀ ਹੁੰਦੀ ਜਿਵੇਂ ਉਹ ਆਪ ਇੱਕ ਦੂਜੇ ਨਾਲ ਜੁੜੇ ਹੋਏ ਸਨ ਕੀ ਜਾਣ ਵਾਲੀ ਕੱਲ ਅੱਜ ਆਉਣ ਵਾਲੀ ਕੱਲ ਇੱਕ ਦੂਜੀ ਨਾਲ ਜੁੜੀਆਂ ਨਹੀਂ ਹੁੰਦੀਆਂ ਉਸ ਰਾਤ ਉਹ ਚੋਰੀ ਕਰਨ ਨਹੀਂ ਚੋਰੀ ਲੱਭਣ ਦੀ ਗੱਲ ਕਰ ਰਹੇ ਸਨ ਲਹਿੰਦੇ ਵੱਲੋਂ ਆਉਣ ਵਾਲੇ ਬਾਬੇ ਨੇ ਆਪਣੀ ਲੰਮੀ ਤੇ ਚਿੱਟੀ ਦਾੜ੍ਹੀ ਵਿੱਚ ਉਂਗਲਾਂ ਨਾਲ ਕੰਘੀ ਕਰਦਿਆਂ ਹੋਇਆਂ ਗੱਲ ਸ਼ੁਰੂ ਕੀਤੀ ਮੇਰੇ ਜਾਚੇ ਬੰਦੇ ਨੇ ਪਹਿਲੀ ਵਾਰੀ ਚੋਰੀ ਰੋਟੀ ਦੇ ਚੱਪੇ ਦੀ ਕੀਤੀ ਹੋਏਗੀ ਉਹ ਵੀ ਆਪਣੇ ਢਿੱਡ ਦੀ ਭੁੱਖ ਦਾ ਹਾਵਿਆ ਭਰਨ ਲਈ ਗੱਲ ਇੱਥੇ ਖਲੋ ਜਾਂਦੀ ਤਾਂ ਚੰਗਾ ਹੀ ਹੁੰਦਾ ਪਰ ਭੁੱਖ ਚੋਂ ਭੁੱਖ ਨਿਕਲਦੀ ਏ ਜਿਵੇਂ ਦੁੱਖ ਚੋਂ ਦੁੱਖ ਨਿਕਲਦਾ ਏ ਢਿੱਡ ਦੀ ਭੁੱਖ ਚੋਂ ਜਿਉਣ ਲਈ ਲੋੜੀਂਦੀ ਵਸਤ ਦੀ ਭੁੱਖ ਨਿਕਲੀ ਫਿਰ ਉਸ ਭੁੱਖ ਚੋਂ ਮਾਲ ਜ਼ਰ ਦੀ ਭੁੱਖ ਫਿਰ ਹੋਰ ਭੁੱਖ ਹੋਰ ਭੁੱਖ ਜਿੰਨਾ ਮਾਲ ਜ਼ਰ ਵਧਦਾ ਜਾਂਦਾ ਓਨੀ ਉਹਦੀ ਭੁੱਖ ਹੋਰ ਵੱਧੀ ਜਾਂਦੀ ਏ ਇਹ ਗੱਲ ਪੱਥਰ ਤੇ ਲੀਕੀ ਅੱਜ ਵਾਲੇ ਬਾਬੇ ਦੀ ਗੱਲ ਟੋਕੇ ਕਿਆ ਅਸੀਂ ਗੱਲ ਚੋਰੀ ਲੱਭਣ ਦੀ ਪੇ ਕਰਦੇ ਆਂ ਚੋਰੀ ਕਰਨ ਦੀ ਨਹੀਂ ਨਾ ਹੀ ਇਹ ਕਿ ਚੋਰੀ ਕਿਉਂ ਕੀਤੀ ਜਾਂਦੀ ਏ ਬਾਬੇ ਟੋਕੇ ਜਾਵਣ ਦਾ ਪੂਰਾ ਮੰਨਿਆ ਵੀ ਪਰ ਜ਼ਾਹਰ ਨਾ ਕੀਤਾ ਹੱਸ ਕੇ ਬੋਲਿਆ ਮੈਂ ਉਧਰ ਹੀ ਟੁਰਿਆ ਹੁੰਦਾ ਸਾਂ ਡੇਡ ਕਰੋੜ ਵਰਿਆਂ ਦੀਆਂ ਗੱਲਾਂ ਨਾਲ ਭਰੇ ਹੋਏ ਆਪਣੇ ਵੀਡੀਓ ਚੋਂ ਇੱਕ ਗੱਲ ਚੁੱਕ ਕੇ ਕੱਢਣ ਲਈ ਵੀ ਤਾਂ ਕੁਝ ਵਕਤ ਚਾਹੀਦਾ ਹੈ ਠੀਕ ਹੈ ਚੜਦੇ ਵੱਲ ਆਉਣ ਵਾਲੇ ਨੇ ਬਾਬੇ ਦੀ ਗੱਲ ਦੀ ਹਮਾਇਤ ਕੀਤੀ ਅੱਜ ਵਾਲੇ ਵੱਲ ਵੇਖ ਕੇ ਕਹਿਣ ਲੱਗਾ ਇੱਕ ਤਾਂ ਇਹ ਹਰ ਗੱਲ 'ਚ ਬੜੀ ਛੇਤੀ ਕਾਲਾ ਪੈ ਜਾਂਦਾ ਜੀ ਛੋਟਾ ਤੇ ਥੋੜ੍ਹ ਦਿਲਾਜੂ ਹੋਇਆ ਅੱਜ ਵਾਲੇ ਨਮੋਸ਼ੀ ਨਾਲ ਕਿਹਾ ਚਲੋ ਗੱਲ ਕਰੋ ਹੁਣ ਮੈਂ ਵਿੱਚ ਨਹੀਂ ਬੋਲਦਾ ਜੰਮ ਜੰਮ ਕੇ ਬੋਲ ਜਵਾਨਾ ਤੂੰ ਤਾਂ ਸਾਡੀ ਆਵਾਜ਼ ਐ ਲਹਿੰਦੇ ਵਾਲੇ ਨੇ ਅੱਜ ਵਾਲੇ ਦੀ ਸ਼ਰਮਸਾਰੀ ਮਟਾਉਣ ਦਾ ਚਾਰਾ ਕਰਦਿਆਂ ਆਖਿਆ ਹੁਣ ਮੈਂ ਆਉਣਾ ਗੱਲ ਵੱਲ ਚਲੋ ਚੜਦੇ ਵਾਲੇ ਖਾਰੇ ਹੰਗੂਰਾ ਭਰਿਆ ਬਾਬਾ ਕਹਿਣ ਲੱਗਾ ਰਾਹ ਦੇ ਨਾਲ ਇੱਕ ਢਾਰੀ ਸੀ ਕਿਸੇ ਦੀ ਖੁਰਲੀਆਂ ਤੇ ਮਾਲ ਡੰਗਰ ਬੱਧਾ ਹੋਇਆ ਦੋ ਚਾਰ ਮੰਝੀਆਂ ਟਾਲੀਆਂ ਦੀ ਛਾਵੇਂ ਪਈਆਂ ਹੋਈਆਂ ਪਰ ਬੰਦਾ ਉੱਥੇ ਕੋਈ ਨਾ ਇੱਕ ਬਾਬਾ ਡੰਗੋਰੀ ਦੇ ਆਸਰੇ ਹੌਲੀ-ਹੌਲੀ ਰਿੜਿਆ ਜਾਂਦਾ ਸੀ ਰਾਹੀ ਬਹੁਤ ਹੀ ਬੁੱਢਾ ਸੀ ਉਹਦਾ ਸਿਰ ਤੇ ਹੱਥ ਕਿਸੇ ਬਿਮਾਰੀ ਨਾਲ ਉਹਦੇ ਤੋਂ ਬੇਕਾਬੂ ਹੋ ਕੇ ਹਿੱਲ ਜਾਂਦੇ ਲੱਕ ਝੁੱਕ ਕੇ ਕਮਾਨ ਵਾਂਗ ਧੂਰਾ ਹੋ ਗਿਆ ਹੋਇਆ ਖਲ ਹੱਡੀਆਂ ਦੇ ਨਾਲ ਚੰਬੜੀ ਹੋਈ ਮਾੜੇ ਸਰੀਰ ਦਾ ਭਾਰ ਵੀ ਮਾੜੀਆਂ ਛੇਲਤ ਵਰਗੀਆਂ ਲੱਤਾਂ ਚੁੱਕਣ ਤੋਂ ਆਰੀ ਜੇ ਹੱਥ ਨਾ ਚ ਡੰਗੋਰੀ ਨਾ ਹੋਵੇ ਤਾਂ ਭਾਵੇਂ ਟੂਰੀ ਨਾ ਸਕੇ ਲੰਘਦੇ ਆਂ ਢਾਰੀ ਵੱਲ ਧਿਆਨ ਜੂ ਮਾਰਿਆ ਸੋ ਇੱਕ ਨਵੀਂ ਨਕੋਰ ਮੰਜੀ ਨਜ਼ਰ ਪਈ ਨਵੇਂ ਰੰਗ ਲੇ ਪਾਵੇ ਮੁੰਜ ਦੇ ਮਹੀਨ ਵਾਲਾਂ ਵਾਂਗ ਬਰੀਕ ਬਾਣ ਦੀ ਹੋਣੀ ਹੋਈ ਚਿੱਟੇ ਸੂਤਰ ਦੀ ਡੌਣ ਚ ਝਾਤੀਆਂ ਮਾਰਦੀ ਰੰਗੀਨ ਸਿਰ ਛੈਲ ਛਬੀਲੀ ਨਾਰਵੰਗ ਕਸੀ ਕਸਾਈ ਤੇ ਅੱਖਾਂ 'ਚ ਖੂਬ ਜਾਵਣ ਵਾਲੀ ਸੋਹਣੀ ਰਾਹੀ ਆਪਣੀ ਡੰਗੋਰੀ ਤੇ ਦੋਹਾਂ ਹੱਥਾਂ ਦਾ ਆਸਰਾ ਕਰਕੇ ਇੱਕ ਵਾਰ ਸਿੱਧਾ ਅਖਲ ਹੋ ਗਿਆ ਬਾਜਵੰਗ ਚਾਰ ਚੁਫੇਰੇ ਧਿਆਨ ਫੇਰਿਓ ਸੁ ਪਰ ਨਾ ਆਦਮ ਨਾ ਦਮਜ਼ਾਤ ਉਹਦੀਆਂ ਅੱਖਾਂ ਚਮਕੀਆਂ ਤੇ ਬੈਠੇ ਸ਼ਿਕਾਰ ਵੱਲ ਸ਼ਹਿ ਲਾ ਕੇ ਹੌਲੀ ਹੌਲੀ ਪੋਲੇ ਪੋਲੇ ਪੈਰੀ ਟੁਰਦੇ ਬਾਹਰਲੇ ਬਿੱਲੇ ਵਾਂਗੂ ਟੁਰਿਆ ਫਿਰ ਉਹ ਇੱਕ ਤਰਕ ਮਾਰ ਕੇ ਮੰਜੀ ਦੇ ਕੋਲ ਜਾ ਖਲੋਤਾ ਫਿਰ ਲੰਮਾ ਸਾਹ ਲੈ ਕੇ ਹੌਲੀ ਜੀ ਮੰਜੀ ਤੇ ਬਹਿ ਗਿਆ ਪਿਆਰ ਨਾਲ ਹੌਲੀ-ਹੌਲੀ ਉਹਦੀਆਂ ਸੰਗੀਆਂ ਤੇ ਹੱਥ ਫੇਰਨ ਲੱਗ ਪਿਆ ਕੀ ਵਿਛੜ ਕੇ ਮਿਲਦੇ ਹੋਏ ਕਿਸੇ ਆਸ਼ਿਕ ਨੇ ਇੰਨੇ ਪਿਆਰ ਨਾਲ ਆਪਣੇ ਮਹਿਬੂਬ ਦੇ ਵਾਲਾਂ ਜਾਂ ਪਿੰਡੇ ਤੇ ਹੱਥ ਫੇਰਿਆ ਹੋਣਾ ਦੂਰੋਂ ਵੇਖਣ ਵਾਲੇ ਨੂੰ ਲੱਗਦਾ ਕੋਈ ਥੱਕਿਆ ਟੁੱਟਿਆ ਰਾਹੀ ਮੰਜੀ ਵੇਖ ਕੇ ਉੱਤੇ ਜਾ ਡਿੱਗਿਆ ਏ ਪਰ ਅੰਦਰੋਂ ਉਸ ਮੰਜੀ ਅੱਗੇ ਦਿਲ ਹਾਰੀ ਬੈਠਾ ਸੀ ਮੰਜੀ ਉਹਨੂੰ ਜੋੜ ਕੇ ਆਪਣੇ ਨਾਲ ਬੰਨ ਲਿਆ ਹੋਇਆ ਸੀ ਉਹ ਮੰਜੀ ਨੂੰ ਖਾ ਜਾਵਣ ਦਾ ਕੋਈ ਰਾਹ ਪਿਆ ਲੱਭਦਾ ਸੀ ਨੈਣਾ ਪਰਾਣਾ ਚ ਭੋਰਾ ਵੀ ਸਾਹ ਸੱਤ ਹੁੰਦਾ ਤਾਂ ਮੰਜੀ ਨੂੰ ਚੁੱਕ ਕੇ ਲੈ ਜਾਂਦਾ ਪਰ ਹਾਇਓ ਬਡਾਪਿਆ ਉਸ ਆਪਣੀ ਡੰਗੋਰੀ ਮੰਜੀ ਦੇ ਸੰਗੇ ਚੜਾਈ ਗੁੱਚੂ-ਮੁੱਚੂ ਹੋ ਕੇ ਅੱਖਾਂ ਤੇ ਹੱਥ ਰੱਖ ਕੇ ਜਿਵੇਂ ਸੌਂ ਗਿਆ ਪਰ ਵਿੱਚੋਂ ਜਾਗਦਾ ਪਿਆ ਸੀ ਅਖੀਰ ਇੱਕ ਲੰਮਾ ਸਾਹ ਲੈ ਕੇ ਉੱਠ ਬੈਠਾ ਸਿਖਰ ਦੁਪਹਿਰ ਚ ਦੂਰ-ਦੂਰ ਤੇ ਇੱਕ ਬੰਦਾ ਤੇ ਬੰਦਾ ਕੋਈ ਜਨੌਰ ਵੀ ਨਜ਼ਰ ਨਹੀਂ ਸੀ ਆਉਂਦਾ ਬੁੱਢੇ ਉੱਠ ਕੇ ਮੰਜੀ ਦੀ ਦੌਣ ਖੋਲੀ ਦੌਣ ਦੇ ਦੋਵੇਂ ਸਿਰੇ ਪੈਂਦਾਂਵਾਲ ਦੇ ਸੇਰੂਆਂ ਨੂੰ ਤੇ ਪਾਵਿਆਂ ਨੂੰ ਵੱਢੇ ਤੇ ਦੌਣ ਧੌਣ ਦੇ ਪਿੱਛੋਂ ਦੀ ਕਰਕੇ ਮੋਢਿਆਂ ਤੋਂ ਦੀ ਪਾ ਕੇ ਕੱਚਾਂ ਦੇ ਦੀ ਕੱਢ ਲਈ ਡੰਗੋਰੀ ਫੜ ਕੇ ਬਿੰਡੀ ਜੁੱਤੇ ਸੰਡੇ ਵਾਂਗੂ ਮੰਝੇ ਨੂੰ ਖਿੱਚਣ ਲੱਗ ਪਿਆ ਮੰਜੀ ਘੱਟੇ ਭਰੇ ਸਿੱਧੇ ਪਧਰੇ ਰਾਹ ਤੇ ਪਿੱਛੇ ਪਿੱਛੇ ਕਸੀਟਦੀ ਰਹੀ ਬੁੱਢਾ ਰਾਈ ਦੋ ਪੈਰ ਟਰਦਾ ਤੇ ਥੱਕ ਕੇ ਖਲੋ ਜਾਂਦਾ ਫਿਰ ਸਾਹ ਸੁਵਾਰਾ ਕਰਕੇ ਟਰ ਪੈਦਾ ਦੋ ਚਾਰ ਪੈਲੀਆਂ ਦੂਰ ਜਾਂਦੇ ਆ ਉਹਨੂੰ ਜਿਵੇਂ ਅੱਧਾ ਦਿਨ ਲੱਗ ਗਿਆ ਮਗਰੋਂ ਸਾਈਂ ਵੀ ਖੁਰੇ ਤੇ ਟੁਰਦੇ ਟੁਰਦੇ ਸਿਰ ਤੇ ਅੱਪੜ ਗਏ ਬੁੱਢੇ ਨੂੰ ਫੜੇ ਜਾਵਨ ਦਾ ਡਰ ਨਹੀਂ ਸੀ ਮੰਜੀ ਨਾ ਲੈ ਜਾ ਸਕਣ ਦਾ ਹਿਰਕ ਸੀ ਸਾਈਆਂ ਵੀ ਧੌਲੀ ਦਾੜੀ ਤੇ ਹੱਡੀਆਂ ਦੀ ਮੁੱਠ ਨੂੰ ਮੰਜੀ ਨਾਲ ਇੰਜ ਤਰਲੇ ਮਾਰਦਿਆਂ ਵੇਖਿਆ ਤੇ ਹੱਸ ਪਏ ਇੱਕ ਨੇ ਕਿਹਾ ਬਾਬਾ ਹੁਣ ਤੇਰੀ ਤੇਰੇ ਇਹੋ ਜੀ ਮੰਜੀ ਤੇ ਸੌਣ ਦੇ ਕਿਹੜੇ ਦਿਨ ਨੇ ਚੋਰੀ ਦੀ ਗਵਾਈ ਖੁਰਾ ਦਿੰਦਾ ਏ ਜਿੰਨਾ ਚੋਰ 우ਸਤਾਦ ਹੁੰਦਾ ਉਸ ਤੋਂ ਬਾਅਦ 우ਸਤਾਦ ਖੋਜੀ ਉਹਨੂੰ ਅੱਪੜ ਪੈਂਦਾ ਹੈ ਚੋਰ ਖੁਰਾ ਮਾਰਨ ਦੇ ਲੱਖ ਚਾਰੇ ਮਾਰਦਾ ਹੈ ਰੜੇ ਤੋਂ ਦੀ ਟੁਰਦਾ ਡੰਡੀਆਂ ਵਟੀਆਂ ਵਟਾਂ ਤੋਂ ਲੰਘਾ ਡੰਗਰ ਦਰਿਆ ਚ ਪਾ ਕੇ ਕੋਹਾਂ ਦੂਰ ਪਾਣੀਓ ਪਾਣੀ ਛੁੱਟੀ ਜਾਂਦਾ ਪਰ ਸਿਆਣਾ ਖੋਜੀ ਅਖੀਰ ਖੁਰਾ ਜਾ ਫੜਦਾ ਖੋਜੀ ਆਲੇ ਦੁਆਲੇ ਦੇ ਚੋਰਾ ਯਾਰਾਂ ਦੇ ਪੈਰਿਆਂ ਦਾ ਵੀ ਪੈਰਾਂ ਦਾ ਵੀ ਭੇਤੀ ਹੁੰਦਾ ਪੈਰ ਵੇਖ ਕੇ ਹੀ ਬੰਦਾ ਲੱਭ ਲਾਂਦਾ ਖੁਰਾ ਸਿਆਣ ਚ ਨਾ ਆਉਂਦਾ ਤਾਂ ਉਹਨੂੰ ਦੱਬ ਦਿੰਦਾ ਅਖੀਰ ਸ਼ੱਕ ਵਾਲੇ ਨੂੰ ਫੜ ਕੇ ਖੁਰੇ ਤੇ ਛਾੜ ਲੈਂਦਾ ਹਜ਼ਾਰਾਂ ਲੱਖਾਂ ਵਰਿਆਂ ਤੋਂ ਇੰਜੀ ਖੁਰੇ ਰਾਈ ਚੋਰੀਆਂ ਲੱਭਦਿਆਂ ਰਹੀਆਂ ਪਰ ਪੱਕੀਆਂ ਸੜਕਾਂ ਖੁਰਿਆਂ ਦੀਆਂ ਦੁਸ਼ਮਣ ਨਿਕਲੀਆਂ ਹੁਣ ਮਾਲ ਡੰਗਰ ਪੱਕੀ ਸੜਕ ਤੇ ਛਾੜ ਕੇ ਟਰੱਕ ਚ ਸੁੱਟੋ ਤੇ ਜਿੱਥੇ ਮਰਜ਼ੀ ਲੈ ਜਾਓ ਇੱਕ ਜ਼ਿਲ੍ਹੇ ਚ ਦੂਜੇ ਜ਼ਿਲ੍ਹੇ ਚ ਇੱਕ ਸੂਬੇ ਚ ਦੂਜੇ ਸੂਬੇ ਚ ਪੱਕੀਆਂ ਸੜਕਾਂ ਤੇ ਚੋਰਾਂ ਦੀਆਂ ਸਾਥੀ ਨਿਕਲੀਆਂ ਬਾਬੇ ਨੇ ਹੌਕਾ ਪਰ ਕੇ ਆਪਣੀ ਲੰਮੀ ਚਿੱਟੀ ਦਾੜੀ ਤੇ ਹੱਥ ਫੇਰਿਆ ਤੇ ਚੁੱਪ ਕਰ ਗਿਆ। ਬੋਧਿਆਂ ਚ ਕੰੰਗੀ ਕਰਕੇ ਅੱਜ ਵਾਲੇ ਨੇ ਆਪਣੀ ਗੱਲ ਸ਼ੁਰੂ ਕੀਤੀ। ਮੇਰੇ ਆਏ ਪਰੋਹਣੇ ਸ਼ਹਿਰੋਂ ਦੋ ਮੇਰੇ ਸਾਥ ਪੱਕੀ ਬੈਠਕ ਚ ਬੈਠਿਆ ਇੱਕ ਮੇਰੇ ਨੌਕਰ ਤੇ ਦੋ ਆਪਣੇ ਪੱਤੀ ਦੇ ਮੁੰਡਿਆਂ ਸਾਹਮਣੇ ਉਹਨਾਂ ਸਲਵਾਰਾਂ ਕਮੀਜ਼ਾਂ ਲਾ ਕੇ ਆਪਣੇ ਆਪਣੇ ਬਰੀਫ ਕੇਸਾਂ ਚੋਂ ਚਾਦਰੇ ਕੁੜਤੇ ਕੱਢੇ ਤੇ ਪਾਏ। ਇੱਕ ਜਣੇ ਆਪਣੇ ਬੋਝੇ ਚੋਂ 2000 ਰੁਪਿਆ ਕੱਢ ਕੇ ਆਪਣੇ ਬਰੀਫ ਕੇਸ ਚ ਰੱਖਿਆ। ਪਾਣੀ ਧਾਣੀ ਪੀ ਕੇ ਅਸੀਂ ਟਿਊਬਵੈੱਲ ਤੇ ਨਾਹਨ ਚਲੇ ਗਏ ਸ਼ਾਮ ਨੂੰ ਪਤਾ ਲੱਗਾ ਬਰੀਫ ਕੇਸ ਤੋਂ 2000 ਰੁਪਿਆ ਨਿਕਲ ਗਿਆ। ਨੌਕਰ ਸਾਡੇ ਮਗਰੋਂ ਘਰ ਚਲਾ ਗਿਆ ਟੁੱਕਰ ਪਾਣੀ ਲਈ ਮਗਰੋਂ ਨੂੰ ਨਹੀਂ ਪਤਾ ਕੀ ਹੋਇਆ। ਮੈਂ ਉਹਨਾਂ ਦੋ ਆ ਮੁੰਡਿਆਂ ਨੂੰ ਸੱਦ ਕੇ ਢੋਆ ਦੋਵੇਂ ਮੁਕਰ ਗਏ। ਸੋ ਕੋ ਮਸੀਤੇ ਚੜਨ ਲਈ ਵੀ ਤਿਆਰ ਹੋ ਗਏ। ਮੈਨੂੰ ਇਹ ਪੱਕ ਸੀ ਵੀ ਚੋਰ ਉਹਨਾਂ ਵਿੱਚ ਦੋਹਾਂ 'ਚੋਂ ਇੱਕ ਹੈ। ਪਰ ਉਹ ਮੰਨਣ ਨਾ ਚਿੱਤਰਪੌਲੇ ਤੋਂ ਡਰਨ ਨਾ ਮਸੀਤੇ ਚੜਨ ਤੋਂ ਹੋਰ ਕੋਈ ਆਇਆ ਗਿਆ ਵੀ ਨਾ। ਨਾ ਕਿਸੇ ਨੂੰ ਪਤਾ ਸੀ ਕਿ ਬਰੀਫ ਕੇਸ ਤੇ ਪੈਸੇ ਨਹੀਂ ਜਬ ਬਰੀਫ ਕੇਸ ਦਾ ਜਿੰਦਰਾ ਨਹੀਂ ਸੀ ਤੇ ਉਹ ਦੋਵੇਂ ਪੈਰਾਂ ਤੇ ਪਾਣੀ ਨਾ ਪੈਣ ਦੇ ਆਖਿਰ ਮੇਰਾ ਨੌਕਰ ਆਖਣ ਲੱਗਾ ਇਹਨਾਂ ਨੂੰ ਚੋਰ ਬਣਾਓ ਜਨਾਬ ਉਹ ਕਿਵੇਂ ਮੈਂ ਪੁੱਛਿਆ ਕਿਸੇ ਸਿਆਣੇ ਕੋਲ ਲੈ ਚੱਲੋ ਇਹਨਾਂ ਨੂੰ ਇੱਕ ਸ਼ਾਹ ਜੀ ਡੱਫਰਵਾਲ ਰਹਿੰਦਾ ਹੈ ਆਪਣੇ ਇਲਮ ਨਾਲ ਹਰ ਤਰ੍ਹਾਂ ਦੀ ਚੋਰੀ ਲੱਭ ਲੈਂਦਾ ਹੈ ਮੇਰੇ ਨੌਕਰ ਮੈਨੂੰ ਰਾਹ ਦਿਖਾਈ ਮੈਂ ਆਪਣੇ ਨੌਕਰ ਤੇ ਇਹਨਾਂ ਦੋਹਾਂ ਮੁੰਡਿਆਂ ਨੂੰ ਕਾਰ 'ਚ ਬਿਠਾਇਆ ਤੇ ਡੱਫਰਵਾਲ ਲੈ ਗਿਆ ਡੱਫਰਵਾਲ ਤੋਂ ਆਪਣੇ ਇੱਕ ਯਾਰ ਨੂੰ ਲੈ ਲਿਆ ਜਿਹੜਾ ਸ਼ਾਹਜੀ ਦਾ ਜਾਨੂ ਸੀ ਤੇ ਅਸੀਂ ਸ਼ਾਹਜੀ ਦਾ ਬੂਆ ਖੜਕਾਇਆ ਜਿਹੜੇ ਮੈਂ ਯਾਰ ਨੂੰ ਨਾਲ ਲਿਆ ਸੀ ਗੱਲ ਅਜੇ ਮੈਂ ਉਹਨੂੰ ਵੀ ਨਹੀਂ ਸੀ ਦੱਸੀ ਸ਼ਾਹਜੀ ਬੈਠਕ 'ਚ ਨੰਗੀ ਮੰਜੀ ਤੇ ਬੈਠਾ ਕੋਈ ਪੁਰਾਣੀ ਕਿਤਾਬ ਪੜ ਰਿਹਾ ਸੀ ਮੇਰਾ ਕਿਆਫਾ ਸੀ ਕਿ ਢੀ ਸ਼ੋਰਤ ਵਾਲਾ ਬੰਦਾ ਕੋਈ ਪੀਰ ਫਕੀਰ ਹੋਏਗਾ ਪਰ ਸ਼ਾਹਜੀ ਤਾਂ ਇੱਕ ਦੁਨੀਆਦਾਰ ਜਿਹਾ ਬੰਦਾ ਲੱਗਾ ਮੁੱਛ ਦਾੜੀ ਸਫਾ ਚਟ ਕੈਂਚੀ ਦੇ ਸਿਗਰਟ ਪੀਂਦਾ ਮੈਲੇ ਜੇ ਲੀੜਿਆਂ 'ਚ ਕੋਈ ਹੱਡੀ ਵਾਲਾ ਲੱਗਦਾ ਸੀ ਸਾਨੂੰ ਮੂਹਰੇ ਦੇ ਕੇ ਉਸ ਕਿਤਾਬ ਮੁੱਦੀ ਮਾਰੀ ਮੁੰਡੇ ਨੂੰ ਸਾਡੇ ਲਈ ਚਾਹ ਪਾਣੀ ਲਿਆਉਣ ਦਾ ਆਕ ਕੇ ਮੰਜੀ ਤੇ ਚੌਂਕੜੀ ਮਾਰ ਕੇ ਬੈਠਦੇ ਆ ਉਸ ਮੇਰੇ ਯਾਰ ਵੱਲ ਸੁਵਾਲੀਆ ਨਜ਼ਰਾਂ ਨਾਲ ਵੇਖਿਆ ਮੇਰੇ ਯਾਰ ਨੇ ਮੇਰਾ ਨਾਮ ਪਤਾ ਦੱਸ ਕੇ ਮੈਨੂੰ ਕਿਹਾ ਕਰੋ ਜੀ ਗੱਲ ਦੱਸੋ ਸ਼ਾਹ ਜੀ ਨੂੰ ਸਾਰੀ ਕਹਾਣੀ ਸਿਗਰਟ ਦਾ ਇੱਕ ਲੰਮਾ ਸੂਟਾ ਮਾਰ ਕੇ ਸ਼ਾਹ ਜੀ ਨੇ ਇੱਕ ਨਜ਼ਰ ਮੇਰੇ ਵੱਲ ਵੇਖਿਆ ਤੇ ਮੇਰੇ ਯਾਰ ਨੂੰ ਕਹਿਣ ਲੱਗੇ ਇਹ ਕਹਾਣੀ ਕੀ ਦੱਸਣਗੇ ਮੈਂ ਦੱਸਣਾ ਮੈਂ ਬੜਾ ਹੈਰਾਨ ਹੋਇਆ ਸ਼ਾਹ ਜੀ ਕੋਈ ਵੱਡੀ ਕਰਨੀ ਵਾਲਾ ਸੀ ਉਸ ਗੱਲ ਵੀ ਨਾ ਸੁਣੀ ਤੇ ਗੱਲ ਵੀ ਲੱਭ ਲਈ ਸ਼ਾਹ ਜੀ ਕਹਿਣ ਲੱਗਾ ਕੱਲ ਤੁਹਾਡੇ ਇੱਕ ਪੁਰਾਣੇ ਦਾ 2000 ਰੁਪਏ ਨਿਕਲ ਗਿਆ ਹੈ ਕਾਲੇ ਰੰਗ ਦੇ ਬਰੀਫ ਕੇਸ ਤੋਂ ਇਹੋ ਗੱਲ ਹੀ ਹੈ ਜੇ ਕੋਈ ਹੋਰ ਇਹੋ ਜਨਾਬ ਤੀ ਕੋ ਦੂਰ ਬੈਠੇ ਸ਼ਾਹ ਜੀ ਉਹ ਗੱਲ ਬੁੱਝ ਲਈ ਜਿਹੜੀ ਅਜੇ ਮੇਰੇ ਆਪਣੇ ਘਰ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਮੈਂ ਆਦਬ ਨਾਲ ਕਿਹਾ ਇਹ ਦੋ ਜਲਾਹੇ ਮੁੰਡੇ ਤੇ ਇੱਕ ਮੇਰਾ ਨੌਕਰ ਉੱਥੇ ਸਨ ਮੇਰਾ ਨੌਕਰ ਤੇ ਘਰ ਦਾ ਹੈ ਤੇ ਬੜੇ ਇਤਬਾਰ ਵਾਲਾ ਤੇ ਉਹਦੇ ਸਾਹਮਣੇ ਲੱਖਾਂ ਵੀ ਹੋਣ ਤਾਂ ਨਜ਼ਰ ਚੁੱਕ ਕੇ ਨਾ ਵੇਖੇ ਇਹ ਜੁਲਾ ਮੁੰਡੇ ਪਿਓ ਦਾਦਿਆਂ ਤੋਂ ਸਾਡੇ ਚ ਰਹਿੰਦੇ ਆਏ ਨੇ ਜਿਹਦੀ ਚੋਰੀ ਹੋ ਜਾਏ ਉਹਦੇ ਲਈ ਤੇ ਸਾਰਾ ਜਹਾਨ ਚੋਰ ਹੁੰਦਾ ਤੇ ਅੱਗੇ ਤੁਸੀਂ ਆ ਪੁੱਛ ਲਓ ਨਹੀਂ ਮੈਥੋਂ ਤਾਂ ਨਹੀਂ ਮੰਨਦੇ ਸਭ ਮੁਸੀਤੇ ਚੜਨ ਲਈ ਤਿਆਰ ਨੇ ਸ਼ਾਹ ਜੀ ਨੇ ਸਿਗਰਟ ਦੇ ਦੋ ਚਾਰ ਤੇਜ਼ ਤੇਜ਼ ਘੁੱਟ ਭਰੇ ਮੇਰੇ ਨੌਕਰ ਤੇ ਦੋ ਜੁਲਾ ਮੁੰਡਿਆਂ ਵੱਲ ਇੱਕ ਨਜ਼ਰ ਭਰ ਕੇ ਵੇਖਿਆ ਸਿਗਰਟ ਦੂਰ ਸੁੱਟਿਆ ਉੱਠ ਕੇ ਬੈਠਕ ਦੀ ਨੁੱਕਰ ਚ ਪਈ ਹੋਈ ਪਾਣੀ ਦੀ ਕੱਚੀ ਘੜੀ ਨੂੰ ਇੱਕ ਪਾਸੇ ਨੀਵਾ ਕਰਕੇ ਇੱਕ ਚੁੱਲੀ ਪਾਣੀ ਦੀ ਭਰ ਕੇ ਕੁਰਲੀ ਕੀਤੀ ਆਕੇ ਮੰਜੀ ਤੇ ਚੌਂਕੜੀ ਮਾਰ ਕੇ ਬੈਠਦੇ ਆਂ ਸਰ ਸ਼ਾਹ ਜੀ ਮੂੰਹ ਚ ਕੁਝ ਪੜਨ ਲੱਗਿਆ ਘੜੀ ਦੇ ਪਿੱਛੇ ਸ਼ਾਹ ਜੀ ਅੱਖਾਂ ਖੋਲੀਆਂ ਜੁਲਾ ਮੁੰਡਿਆਂ ਵੱਲ ਵੇਖ ਕੇ ਪੁੱਛਿਆ ਤੁਹਾਡੇ ਵਿੱਚੋਂ ਕੋਈ ਤੋਤੀ ਐ ਭਈ ਸ਼ਾਹ ਜੀ ਫੇਰ ਅੱਖਾਂ ਮੀਟ ਲਈਆਂ ਪੁੱਛਿਆ ਤੇਰਾ ਪਿਓ ਕੱਲਾ ਪੁੱਤਰ ਏ ਤੇ ਬਿਮਾਰ ਰਹਿੰਦਾ ਏ ਆਹੋ ਜੀ ਤੇਰੀ ਮਾਂ ਦੀ ਇਕ ਲੱਤ ਮਾਰੀ ਹੋਈ ਏ ਉਹ ਪੌੜੀ ਨਾਲ ਤੁਰਦੀ ਏ ਆਹੋ ਜੀ ਤੁਸੀਂ ਪੰਜ ਪੰਜ ਭੈਣ ਭਰਾ ਹੋ ਨਹੀਂ ਜੀ ਚਾਰ ਤੋਤੀ ਪਹਿਲੀ ਵਾਰ ਹੌਸਲੇ ਨਾਲ ਕਿਹਾ ਪੰਜ ਪਾਈ ਸ਼ਾਹ ਜੀ ਅੱਖਾਂ ਖੋਲੀਆਂ ਤੇ ਤੂਤੀ ਵੱਲ ਵੇਖਿਆ ਤੂਤੀ ਕੰਬ ਗਿਆ। ਨੇ ਜੀ ਚਾਰ ਹੈ ਕੋਈ ਭੈਣ ਭਰਾ ਵਿੱਚੋਂ ਮਰਿਆ ਵੀ ਏ। ਮੇਰਾ ਨੌਕਰ ਬੋਲ ਪਿਆ ਪਰਉਪਰਾਰੇ ਦੀ ਕਿ ਭੈਣ ਜਿਹੜੀ ਇਹਦੀ ਮਾਂ ਦੇ ਕੁਛੜ ਸੀ ਗੁਜ਼ਰ ਗਈ ਸੀ। ਪੰਜ ਭੈਣ ਭਰਾ ਹੋਏ ਨਾ। ਸ਼ਾਹ ਜੀ ਅੱਖਾਂ ਮੀਟ ਕੇ ਤਸੱਲੀ ਨਾਲ ਗਿਆ। ਆਹੋ ਜੀ। ਤੇ ਤੁਹਾਡੇ ਘਰ ਦਾ ਨਿੱਕਾ ਜਿਹਾ ਵੇੜਾ ਹੈ ਵਿੱਚ ਤਰੇ ਕੇ ਆਹੋ ਜੀ। ਵੇੜਾ ਲੰਘ ਕੇ ਇੱਕ ਨਿੱਕਾ ਜਿਹਾ ਕਮਰਾ ਇੱਕੋ ਹੀ ਕਮਰਾ ਆਹੋ ਜੀ। ਉਸ ਕਮਰੇ ਚ ਅੰਦਰ ਵੱੜਦੇ ਅੱਖਬੇ ਪਾਸੇ ਕੱਚੀ ਕੰਦ ਨਾਲ ਇੱਕ ਪੇਟੀ 18 ਦੀ ਉਦੇ ਉੱਤੇ ਲਾਲ ਰੰਗ ਦਾ ਇੱਕ ਟੀਨ ਦਾ ਸੰਦੂਕ ਹੈ ਲੀੜਿਆਂ ਵਾਲਾ ਹੈ ਜੀ ਉਸ ਸੰਦੂਕ ਦੇ ਖੱਬੇ ਬੰਨੇ ਲੀੜਿਆਂ ਇਟਸ 100 100 ਦੇ ਲਾਲ 19 ਨੋਟ ਪਏ ਨੇ ਜਿਹੜੇ ਰਾਤੂ ਉੱਥੇ ਰੱਖੇ ਸਨ ਸ਼ਾਹ ਜੀ ਦੀ ਗੂੰਜਦਾਰ ਆਵਾਜ਼ ਉੱਭਰੀ ਤੋਤੀ ਕੰਬਦਾ ਰੋਣ ਲੱਗ ਪਿਆ ਜਵਾਬ ਦੇ ਭਈ ਹੈ ਨੇ ਜਾਂ ਨਹੀਂ ਹੈ ਨੇ ਜੀ ਪਰ ਮੈਨੂੰ ਮਾਫ਼ ਕਰ ਦਿਓ ਰੋਂਦੇ ਤੋਤੀ ਨੇ ਮੇਰੇ ਪੈਰ ਫੜ ਲਏ ਵੀਵਾਂ 100 ਕਿੱਥੇ ਹੀ ਭੀ ਤੋਤੀ ਸ਼ਾਹ ਜੀ ਉਸਰੇ ਅੱਖਾਂ ਮੀਟੀ ਬੋਲੇ ਕਿਸੇ ਦਾ 100 ਰੁਪਇਆ ਦੇਣਾ ਸੀ ਰਾਤ ਉਹਨੂੰ ਦੇ ਦਿੱਤਾ ਸੀ ਜੀ ਅੱਛਾ ਚਲੋ ਚੰਗਾ ਹੋਇਆ ਕਰਜ਼ਾ ਸਿਰੋਂ ਲੱਥਾ ਹੁਣ ਤੂੰ ਇਹ ਦੱਸ ਤੂੰਤੀ ਪੈਸੇ ਚੌਧਰੀ ਨੂੰ ਤੂੰ ਦੇਂਗਾ ਕਿ ਮੈਂ ਜਾ ਕੇ ਉਹ ਤੋਂ ਕੱਢ ਕੇ ਦੇ ਆ ਮੈਂ ਦੇ ਦੇ ਆਂਗਾ ਜੀ ਤੋਤੀ ਰੋਂਦਿਆਂ ਕਿਆ ਪਰ ਮੈਨੂੰ ਰੱਬ ਵਾਸਤੇ ਮਾਫ ਕਰ ਦਿਓ ਜੇ ਮੇਰੇ ਮਾਂ ਪਿਓ ਨੂੰ ਇਸ ਗੱਲ ਦੀ ਸੁਣਮਣ ਹੋ ਗਈ ਤਾਂ ਉਹ ਮੇਰਾ ਚੰਮ ਲਾ ਦੇਣਗੇ ਸ਼ਾਹ ਜੀ ਅੱਖਾਂ ਖੋਲੀਆਂ ਮੈਨੂੰ ਕਿਹਾ ਤੁਹਾਡਾ ਚੋਰ ਹਾਜ਼ਰ ਹੈ ਸਰਕਾਰ ਪਰ ਮੁੰਡਾ ਖੁੰਡਾ ਇਹਨੂੰ ਮਾਫ ਕਰ ਦਿਆ ਜੀ ਠੀਕ ਹੈ ਜੀ ਮੈਂ ਸ਼ਾਹ ਜੀ ਨੂੰ ਜਵਾਬ ਦਿੱਤਾ ਜਿਹੜੇ ਘਰ ਦਾ ਖਾਈਏ ਉਹਦੀ ਖੈਰ ਮੰਗੀਏ ਕੁੱਤੇ ਵੀ ਜਿਹੜੀ ਥਾਲੀ ਚ ਖਾਂਦੇ ਨੇ ਉਹਦੇ ਚ ਮੂਤਰਦੇ ਨਹੀਂ ਸ਼ਾਹ ਜੀ ਚਾਹ ਵਰਤਾਉਂਦਿਆਂ ਤੋਤੇ ਨੂੰ ਪਿਆਰ ਨਾਲ ਨਸੀਹਤ ਕੀਤੀ ਅਸੀਂ ਉੱਠਣ ਲੱਗੇ ਤਾਂ ਮੈਂ ਸੰਗਦਿਆਂ ਕਿਹਾ ਮੇਰੇ ਸਿਰ ਤੋਂ ਬੜਾ ਭਾਰ ਲਿਆ ਗਿਆ ਹੈ ਸ਼ਾਹ ਜੀ ਚੋਰੀ ਮੇਰੇ ਪਰੋਣੇ ਦੀ ਮੇਰੇ ਘਰ ਚ ਹੋਈ ਸੀ ਮੈਂ ਤੁਹਾਡੀ ਕੀ ਸੇਵਾ ਕਰਾਂ ਕੁਝ ਨਹੀਂ ਪਾਈ ਸ਼ਾਹ ਜੀ ਕਿਹਾ ਇਹ ਕਾਮੀ ਕੰਮ ਦੀ ਕੋਈ ਫੀਸ ਨਹੀਂ ਇਹ ਮੁਰਸ਼ਦ ਦਾਮ ਰੇ ਪਰ ਤੁਸੀਂ ਜਾਂਦਿਆਂ ਹੋਇਆ ਰਾਤ ਕਿਸੇ ਫਕੀਰ ਨੂੰ ਸਵਾਰ ਰੁਪਈਆ ਨਜ਼ਰੇ ਅੱਲਾ ਨਿਆਜ਼ ਹੁਸੈਨ ਦੇ ਜਾਣਾ ਅੱਜ ਵਾਲੇ ਆਪਣੀ ਕਹਾਣੀ ਸੁਣਾ ਕੇ ਸੁਖ ਦਾ ਸਾ ਲਿਆ ਛੜਦੇ ਵਾਲੇ ਬੰਦੇ ਨੇ ਆਪਣੇ ਪਾਈਪ ਵਿੱਚ ਮਾਚਸ ਬਾਲ ਕੇ ਅੱਗ ਤੁਖਾਈ ਤੇ ਕਹਿਣ ਲੱਗਾ ਮੈਂ ਆਉਣ ਵਾਲੀ ਕੱਲ ਦਾ ਅੱਜਾਂ ਕੱਲ ਸਵੇਰੇ ਜਦੋਂ ਇਹ ਅੱਜ ਵਾਲੇ ਬਾਬੇ ਦੇ 1.5 ਕਰੋੜ ਵਰਾ ਚੌੜੇ ਵਿੜੀ ਦੀ ਕਿਸੇ ਗੁੱਠ ਵਿੱਚ ਬੈਠਾ ਉਂਗਲਾ ਰਿਆ ਹੋਏਗਾ ਮੈਂ ਅੱਜ ਹੋਵਾਂਗਾ ਇਸ ਲਈ ਮੇਰੀ ਕਹਾਣੀ ਅੱਜ ਦੀ ਬੜੀ ਨੇੜੇ ਹੈ ਅਜੂ ਵਾਲਾ ਲੰਗੀ ਕੱਲ ਦਾ ਹਿੱਸਾ ਬਣਨ ਦੇ ਖਿਆਲ ਨਾਲ ਇੱਕ ਵਾਰ ਤਾਂ ਕੰਬ ਗਿਆ ਖਾਰੇ ਬਾਬੇ ਉਹਦੀ ਪਰੇਸ਼ਾਨੀ ਲੱਭ ਲਈ ਸੀ ਪਿਆਰ ਨਾਲ ਉਹਦੇ ਮੋਢੇ ਤੇ ਹੱਥ ਮਾਰ ਕੇ ਬੋਲਿਆ ਲੱਖਾਂ ਬਰਿਆਂ ਤੂੰ ਹਰ ਅੱਜ ਮੇਰਾ ਹਿੱਸਾ ਬਣਦਾ ਚਲਾ ਗਿਆ ਪਰ ਮੈਂ ਹਰ ਅੱਜ ਨੂੰ ਗੁਜ਼ਰੀ ਕੱਲ 'ਚ ਢਲ ਜਾਵਣ ਤੇ ਦਬ ਨਹੀਂ ਛੱਡਿਆ ਸਗੋਂ ਜਿਉਂ ਦਾ ਜਾਗਦਾ ਰੱਖਿਆ ਹੈ ਸੀਨੇ ਨਾਲ ਲਾ ਕੇ ਇਹਦੇ 'ਚ ਡਰਨ ਵਾਲੀ ਕੀ ਗੱਲ ਹੈ ਜਿਨ੍ਹਾਂ ਦੀ ਗੁਜ਼ਰੀ ਹੋਈ ਕੱਲ ਜਿਉਂਦੀ ਹੁੰਦੀ ਹੈ ਉਹ ਕਦੇ ਨਹੀਂ ਮਰਦੇ ਸਗੋਂ ਜਿਉਂਦੇ ਜਾਗਦੇ ਰਹਿੰਦੇ ਨੇ ਹਰ ਰਾਜ ਤੇ ਹਰ ਆਉਣ ਵਾਲੀ ਕੱਲ ਦੀਆਂ ਲਗਰਾਂ ਮੇਰੇ ਚੋਂ ਹੀ ਫੁੱਟਦੀਆਂ ਨੇ ਅੱਜ ਵਾਲਾ ਨਿੰਮਾ ਜਿਹਾ ਹੱਸਿਆ ਕਹਿਣ ਲੱਗਾ ਜੀ ਦਾ ਵੱਡਾ ਤੇਰੇ ਵਰਗਾ ਸੋਹਣਾ ਸੁੱਚਾ ਜਨਮ ਵਾਲਾ ਤੇ ਮਿਹਰਬਾਨ ਹੋਵੇ ਉਸ ਕਿਉਂ ਡਰਨਾ ਹੈ ਚੜ ਦੇ ਵਾਲੇ ਆਪਣੀ ਗੱਲ ਸ਼ੁਰੂ ਕੀਤੀ ਸ਼ਹਿਰਾਂ ਚ ਇੱਕ ਸ਼ਹਿਰ ਲਾਹੌਰ ਲਾਹੌਰ ਚ ਇੱਕ ਵਾਦੀ ਗੁਲਵਰਗ ਉਸ ਆਬਾਦੀ ਚ ਇੱਕ ਠੇਕੇਦਾਰ ਆਪਣਾ ਪੁੱਤਰ ਇੱਕ ਅਫਸਰ ਦੀ ਧੀ ਨਾਲ ਵਿਆਹਣ ਗਿਆ ਜੰਝਗਲੀ ਘਰਪੜੀ ਤਾਂ ਬਹੁਤ ਆੜਾ ਸ਼ਾਮਿਆਂ ਨਿਆ ਹੇਠ ਉਹਨਾਂ ਨੂੰ ਬਿਠਾ ਕੇ ਠੰਡਾ ਵਰਤਾਇਆ ਗਿਆ ਫਿਰ ਵੱਡੀ ਜੰਝ ਦਾ ਢੇਰ ਰਸ਼ ਕਿਸੇ ਨੇ ਠੇਕੇਦਾਰ ਦੀ ਚੱਕਣ ਦੇ ਵੱਕੀ ਵਾਲੇ ਬੋਝੇ ਚੋਂ 100-100 ਵਾਲੇ 100 ਨੋਟਾਂ ਦੀ ਥੱਦੀ ਕੱਢ ਲਈ ਠੇਕੇਦਾਰ ਪਰੇਸ਼ਾਨ ਹੋ ਕੇ ਆਪਣੇ ਨਿੱਕੇ ਭਰਾ ਨਾਲ ਗੱਲ ਕੀਤੀ ਉਹਦੇ ਕੋਲੋਂ ਲਾਗ ਦੇਣ ਦੀ ਵਾਂ ਲਈ ਕੁਝ ਪੈਸੇ ਫੜ ਲਏ ਆਪਣੀ ਵੀ ਲਈ ਹਾਈ ਹੁੰਦੀ ਤੇ ਅਗਲੀਆਂ ਦੀ ਵੀ ਉਸ ਗੱਲ ਕੱਢੀ ਨਾ ਕਿਤੇ ਚਾਰ-ਪੰਜ ਦਿਨ ਵਗਰੋਂ ਜਦੋਂ ਉਹ ਠੇਕੇਦਾਰ ਜੰਝ ਦੀ ਮੂਵੀ ਕੈਮਰੇ ਨਾਲ ਬਣੀ ਹੋਈ ਫਿਲਮ ਆਪਣੇ ਟੈਲੀਵਿਜ਼ਨ ਤੇ ਵੇਖ ਰਿਹਾ ਸੀ ਤਾਂ ਉਸ ਵੇਖਿਆ ਉਹਦੇ ਨਾਲ ਖਲੋਤੇ ਉਹਦੇ ਯਾਰ ਨੇ ਢੋਲੀ ਉਹਦੇ ਬੋਝੇ 'ਚੋਂ ਨੋਟਾਂ ਦੀ ਥੱਦੀ ਕੱਢ ਕੇ ਆਰਾਮ ਨਾਲ ਆਪਣੇ ਕੋਟ ਦੇ ਅੰਦਰ ਵਾਲੇ ਬੋਝੇ 'ਚ ਪਾ ਲਈ ਸੈਵਨ ਅਪ ਪੀਣ ਲੱਗ ਪਿਆ ਪਰ ਆਉਗੇ ਤੇ ਠੇਕੇਦਾਰ ਇੱਕ ਵਾਰ ਉਹ ਫਿਲਮ ਫੇਰ ਵੇਖੀ ਰਾਤ ਬੜੀ ਤਸੱਲੀ ਨਾਲ ਸੌਂ ਗਿਆ ਅਗਲੇ ਦਿਨ ਉਹਨੇ ਆਪਣੇ ਉਸ ਯਾਰ ਨੂੰ ਚਾਹ ਤੇ ਸੱਦਿਆ ਆਪਣੇ ਪੁੱਤਰ ਨੂੰ ਕਹਿਣ ਲੱਗਾ ਆਪਣੇ ਚਾਚਾ ਨੂੰ ਵਿਆਹ ਦੀ ਫਿਲਮ ਤੇ ਵਿਖਾਓ ਆਹੋ ਆਹੋ ਫਿਲਮ ਜ਼ਰੂਰ ਹੋਣੀ ਚਾਹੀਦੀ ਹੈ ਯਾਰ ਅੱਗੋਂ ਬੜੇ ਸ਼ੌਕ ਨਾ ਲਾਖਿਆ ਫਿਲਮ ਵੇਖ ਕੇ ਯਾਰ ਤਾਂ ਚੁੱਪਚਾਪ ਕੰਨ ਬੁਲੇਟ ਕੇ ਤੁਰਦਾ ਹੋਇਆ ਅਗਲੇ ਦਿਨ ਸਵੇਰੀ ਉਹਦਾ ਨੌਕਰ ਠੇਕੇਦਾਰ ਨੂੰ ਇੱਕ ਲਫਾਫਾ ਦੇ ਗਿਆ ਲਫਾਫੇ ਚ 100 100 ਦੇ 100 ਨੋਟਾਂ ਵਾਲੀ ਥੱਦੀ ਨਿਕਲੀ ਤੇ ਇੱਕ ਖੱਤ ਖੱਤ ਚ ਠੇਕੇਦਾਰ ਨੂੰ ਉਹਦੇ ਯਾਰ ਲਿਖਿਆ ਸੀ ਕਿ ਸਾਰਾ ਕੁਝ ਇੱਕ ਮਖੌਲ ਸੀ ਨਹੀਂ ਤਾਂ ਪਤਾ ਉਹਨੂੰ ਵੀ ਸੀ ਕਿ ਮੂਵੀ ਕੈਮਰੇ ਨਾਲ ਫਿਲਮ ਬਣ ਰਹੀ ਏ ਕਹਾਣੀ ਸੁਣਾਉਣ ਵਾਲਾ ਕਦੋਂ ਦਾ ਚੁੱਪ ਸੀ ਬਾਕੀ ਦੋ ਸੁਣਨ ਵਾਲੇ ਚੰਗੀ ਘੜੀ ਚੁੱਪ ਕਰਕੇ ਬੈਠੇ ਰਹੇ ਸਾਰਿਆਂ ਤੋਂ ਪਹਿਲਾਂ ਬਾਬਾ ਉੱਠਿਆ ਉਸ ਸ਼ੇਰ ਵਾਂਗੂ ਇੱਕ ਭਰਮੀ ਆਕੜ ਲੈ ਕੇ ਆਪਣਾ ਸਰੀਰ ਖੋਲਿਆ ਖਿਲਾਰਿਆ ਸਮੇਟਿਆ ਹੌਲੀ ਹੌਲੀ ਲੰਦੇ ਨੂੰ ਟੁਰ ਪਿਆ ਅਜੂ ਵਾਲੇ ਆਪਣੇ ਬੋਧਿਆਂ ਵਿੱਚ ਕੰਗੀ ਫੇਰ ਕੇ ਆਪਣੇ ਬੋਧੇ ਸਵਾਰੇ ਜਿੱਥੇ ਬੈਠਾ ਸੀ ਉਹਨਾਂ ਪੈਰਾਂ ਤੇ ਹੀ ਬੈਠਾ ਰਿਹਾ ਚੜਦੇ ਵਾਲੇ ਉੱਠ ਕੇ ਆਪਣੀ ਪਾਈਪ ਨੂੰ ਤੇਲੀ ਵਿਕਾ ਕੇ 4-5 ਭਰਵੇਂ ਘੁੱਟਾਂ ਨਾਲ ਢੇਰ ਸਾਰਾ ਧੂਆਂ ਬਾਹਰ ਸੁਟਿਆ ਤੇ ਚੜਦੇ ਨੂੰ ਮੂੰਹ ਕਰਕੇ ਤੁਰ ਪਿਆ 14ਵੀਂ ਰਾਤ ਦਾ ਚੰਨ ਲੈਹਂਦੇ ਵਾਲੁੱਗੇ ਹੋਏ ਦੂਰ ਇੱਕ ਬੋੜ ਤੇ ਖਲੋਤਾ ਚਮਕ ਰਿਹਾ ਸੀ ਧੰਨਵਾਦ